ਇਸ ਕਬਲ ਨਾਹੀ ਇਸ ਹੱਥ ਕਰਨ ਕਰਾਵਨ ਸਰਬ ਕੋ ਨਾਥ ਇਸ ਕਬਲ ਨਾਹੀ ਇਸ ਹੱਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜਿਓ ਜੋਤ ਸੁਭਾਵੈ ਸੋਈ ਫਨਤੀਓ ਕਬਹੂ ਊਚ ਨੀਚ ਮੈਂ ਬਸੈ ਕਬਹੂ ਸੋਗ ਹਰਖ ਰੰਗ ਹੱਸੈ ਕਬਹੂ ਨਿੰਦ ਚਿੰਦ ਬਿਉਹਾਰ ਕਬਹੂ ਊਬ ਆਕਾਸ਼ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾ ਵਨਹਾਰ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਨ ਹਾਰ ਜੁਗੋ ਜੁਗ ਅਟਲ ਰਹਿਮਤਾਂ ਦੇ ਘਰ ਦਇਆ ਦੇ ਖਜ਼ਾਨੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਪਰਮ ਪਵਿੱਤਰ ਚਰਨਾਂ ਦਾ ਓਟ ਆਸਰਾ ਧਰ ਕੇ ਅਸੀਂ ਸ੍ਰੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੀ ਲੜੀਵਾਰ ਸੰਖੇਪ ਵਿਚਾਰ ਕਰ ਰਹੇ ਹਾਂ ਆਓ ਅੱਜ ਫਿਰ ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਆਪਣਾ ਚਿੱਤ ਜੋੜੀਏ ਉਸ ਤੋਂ ਪਹਿਲਾਂ ਗੁਰੂ ਫਤਿਹ ਦੇ ਨਾਲ ਸਾਂਝ ਪਾ ਕੇ ਅਸੀਂ ਸਾਰੇ ਸਤਿਗੁਰੂ ਦੇ ਪਾਵਨ ਚਰਨਾਂ ਦੀ ਹਾਜ਼ਰੀ ਲਵਾਈਏ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਤ ਸੰਗਤ ਜੀਓ ਸੁਖਮਨੀ ਸਾਹਿਬ ਦੀ 11ਵੀਂ ਅਸ਼ਟਪਦੀ ਚੱਲ ਰਹੀ ਹੈ ਅਤੇ 11ਵੀਂ ਅਸ਼ਟਪਦੀ ਦੀ ਅੱਜ ਅਸੀਂ ਜਿਹੜੀ ਪਾਵਨ ਪਉੜੀ ਵਿਚਾਰਨੀ ਹੈ ਉਹ ਪੰਜਵੀਂ ਪੌੜੀ ਹੈ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਇਸ ਪੌੜੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਸਰਬ ਜੀਵਾਂ ਦੇ ਵਿੱਚ ਵਸਦਾ ਹੋਇਆ ਦਸਾਇਆ ਹੈ ਸਤਗੁਰੂ ਜੀ ਨੇ ਇਹ ਵੀ ਦੱਸਿਆ ਕਿ ਉਹ ਚੋਰ ਵਿੱਚ ਵੀ ਮੌਜੂਦ ਹੈ ਸਾਧ ਵਿੱਚ ਵੀ ਹੈ ਉਹ ਨਿੰਦਿਆ ਕਰਨ ਵਾਲਿਆਂ ਵਿੱਚ ਵੀ ਮੌਜੂਦ ਹੈ ਬੰਦਗੀ ਕਰਨ ਵਾਲਿਆਂ ਵਿੱਚ ਵੀ ਮੌਜੂਦ ਹੈ ਵਸਦਾ ਅਕਾਲ ਪੁਰਖ ਵਾਹਿਗੁਰੂ ਸਭਣਾ ਵਿੱਚ ਹੈ ਪਰ ਫਰਕ ਕੀ ਹੈ ਕਿ ਉਹਦੀ ਪ੍ਰਾਪਤੀ ਕੋਈ ਵਿਰਲਾ ਵਾਂਝਾ ਕਰਦਾ ਹੈ ਸਤਿਗੁਰੂ ਦੇ ਕਹਿਣ ਦਾ ਮਤਲਬ ਇੱਥੇ ਇਹ ਹੈ ਕਿ ਅਸੀਂ ਇਹ ਨਹੀਂ ਸਮਝਣਾ ਕਿ ਨਿਰੰਕਾਰ ਵਾਹਿਗੁਰੂ ਕਿਸੇ ਜੀਵ ਵਿੱਚ ਵੱਸਦਾ ਹੈ ਤੇ ਕਿਸੇ ਜੀਵ ਦੇ ਵਿੱਚ ਨਹੀਂ ਵੱਸਦਾ ਨਿਰੰਕਾਰ ਵਾਹਿਗੁਰੂ ਇਸ ਤਰ੍ਹਾਂ ਹੈ ਜਿਵੇਂ ਸੂਰਜ ਹੈ ਜਿਵੇਂ ਚੰਦਰਮਾ ਹੈ ਜਿਵੇਂ ਹਵਾ ਹੈ ਜਿਵੇਂ ਚਾਨਣ ਹੈ ਉਹ ਸਭ ਨਹੀਂ ਥਾਈ ਹੈ ਪਰ ਜਦੋਂ ਅਸੀਂ ਕਿਸੇ ਚੀਜ਼ ਨੂੰ ਢੱਕ ਦਿੰਦੇ ਹਾਂ ਤੇ ਉੱਥੇ ਹਨੇਰਾ ਹੋ ਜਾਂਦਾ ਹੈ ਜਿਵੇਂ ਚੜ੍ਹਿਆ ਹੈ ਸੂਰਜ ਅਸੀਂ ਪਰਦੇ ਲਾਏ ਹੋਏ ਨੇ ਅਸੀਂ ਦਰਵਾਜ਼ੇ ਖਿੜਕੀਆਂ ਬੰਦ ਕੀਤੇ ਨੇ ਤੇ ਅੰਦਰ ਹਨੇਰਾ ਹੈ ਤੇ ਉੱਥੇ ਸੂਰਜ ਦੀ ਪ੍ਰੋਬਲਮ ਥੋੜੀ ਹੈ ਉੱਥੇ ਪ੍ਰੋਬਲਮ ਸਾਡੀ ਨਿੱਜ ਦੀ ਹੈ ਸਾਡੀ ਆਪਣੀ ਹੈ ਕਿਉਂਕਿ ਜਦੋਂ ਤੱਕ ਅਸੀਂ ਦਰਵਾਜ਼ਾ ਖੋਲ੍ਹਦੇ ਨਹੀਂ ਆ ਆਪਣੀਆਂ ਖਿੜਕੀਆਂ ਖੋਲ੍ਹਦੇ ਨਹੀਂ ਆ ਉਦੋਂ ਤੱਕ ਸੂਰਜ ਜਿਹੜਾ ਉਹ ਪ੍ਰਕਾਸ਼ ਅੰਦਰ ਕਰ ਹੀ ਨਹੀਂ ਸਕਦਾ ਜਿਵੇਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਗੱਲ ਕੀਤੀ ਹੈ ਨੌ ਦਰਵਾਜੇ ਪ੍ਰਗਟ ਕੀਏ ਦਸਵਾਂ ਗੁਪਤ ਰੱਖਾਇਆ ਹੁਣ ਜਿਹੜਾ ਆ ਦਸਵਾਂ ਜਿਹਨੂੰ ਗੁਪਤ ਰੱਖਿਆ ਏ ਕੀ ਏ ਸਾਡਾ ਦਿਮਾਗ ਜਿਹਨੂੰ ਦਸਮ ਦਵਾਰ ਆਖਿਆ ਜਾਂਦਾ ਹੁਣ ਦਸਮ ਦਵਾਰ ਨੂੰ ਖੋਲਣ ਦੇ ਲਈ ਗੁਰੂ ਦੀ ਲੋੜ ਪੈਂਦੀ ਏ ਤੇ ਗੁਰੂ ਹੀ ਕਿਰਪਾ ਕਰਦਾ ਤੇ ਇਹ ਪਰਦੇ ਜਿਹੜੇ ਨੇ ਖੁੱਲਦੇ ਨੇ ਗੁਰੂ ਨੇ ਕੀ ਦੱਸਿਆ ਹੈ ਦਰਸ਼ਨ ਪਿਆਸੀ ਦਿਨ ਸਰਾਤ ਚਤਵੋਂ ਅਨਦਨ ਨੀਤ ਕੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਗੁਰੂ ਨੇ ਇਹ ਦੱਸਿਆ ਵੀ ਇਹਨੂੰ ਖੋਲਣਾ ਇੰਨਾ ਔਖਾ ਨਹੀਂ ਹੈ ਜਿੰਨਾ ਤੂੰ ਔਖਾ ਸਮਝ ਕੇ ਬੈਠਾ ਗੁਰੂ ਨੇ ਕੀ ਖੋਲਿਆ ਦਿਮਾਗ ਦੀ ਵਰਤੋਂ ਤਾਂ ਆਪਾਂ ਨਿਤ ਕਰਦੇ ਆਂ ਪਰ ਜ਼ਿਆਦਾ ਵਰਤੋਂ ਅਸੀਂ ਮਾੜਿਆ ਕੰਮਾਂ ਲਈ ਕਰਦੇ ਆਂ ਚੰਗੀਆਂ ਕੰਮਾਂ ਲਈ ਆਪਾਂ ਬਹੁਤ ਘੱਟ ਕਰਦੇ ਆਂ ਤੇ ਗੁਰੂ ਨੇ ਇਹੀ ਕਪਾਟ ਖੋਲੇ ਨੇ ਗੁਰੂ ਨੇ ਕਪਾਟ ਖੋਲ ਕੇ ਸਾਨੂੰ ਅੰਦਰ ਸ਼ਾਕ ਸ਼ਾਤ ਵਸਦਾ ਹੋਇਆ ਨਰੰਕਾਰ ਦਿਖਾਉਣਾ ਹੈ ਇਹ ਗੁਰੂ ਦਾ ਕੰਮ ਹੈ ਸੋ ਪਿਆਰਿਓ ਗੁਰੂ ਅਰਜਨ ਸਾਹਿਬ ਜੀ ਨੇ ਜੋ ਕਿਹਾ ਉਹਦੇ ਇੱਕ ਇੱਕ ਸ਼ਬਦ ਨੂੰ ਅਸੀਂ ਬੜੇ ਵਧੀਆ ਡਿਟੇਲ ਨਾਲ ਤੇ ਸੰਖੇਪ ਤਰੀਕੇ ਨਾਲ ਵਿਚਾਰਨਾ ਹੈ ਆਓ ਸਤਿਗੁਰੂ ਦੀ ਇਸ ਪਾਉਣ ਬਾਣੀ ਦੀ ਵਿਚਾਰ ਕਰੀਏ ਜੋ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਫਿਰ ਮੈਂ ਰਿਮਾਈਂਡਰ ਕਰਾ ਦਵਾਂ 5ਵੀਂ ਪੌੜੀ ਹੈ 11ਵੀਂ ਅਸ਼ਟਪਦੀ ਦੀ ਜਿਹਦੀ ਆਪਾਂ ਵਿਚਾਰ ਕਰਨ ਲੱਗੇ ਆਂ ਇਸ ਕਾ ਬਲ ਨਾਹੀਂ ਇਸ ਹਾਥ ਬਲ ਦਾ ਮਤਲਬ ਹੁੰਦਾ ਹੈ ਤਾਕਤ ਸ਼ਕਤੀ ਪਾਵਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਇਸ ਜੀਵ ਦੀ ਤਾਕਤ ਇਸ ਦੇ ਆਪਣੇ ਹੱਥ ਵਿੱਚ ਨਹੀਂ ਹੈ ਹੁਣ ਸਮਝਿਓ ਨਰੰਕਾਰ ਨੇ ਇਸ ਨੂੰ ਬਹੁਤ ਤਾਕਤਵਰ ਬਣਾਇਆ ਬੰਦੇ ਨੂੰ ਬਹੁਤ ਤਾਕਤਵਰ ਬਣਾਇਆ ਤੇ ਤਾਕਤ ਕਈ ਪ੍ਰਕਾਰ ਦੀ ਹੁੰਦੀ ਇੱਕ ਤਾਕਤ ਜਿਹੜੀ ਜਸਮਾਨੀ ਹੈ ਜਿਸਮ ਦੀ ਹੈ ਆਪਾਂ ਤਾਕਤਵਰ ਹੋਈਏ ਆਪਾਂ ਵੱਡੇ ਤੋਂ ਵੱਡੀ ਭਾਰੀ ਚੀਜ਼ ਚੱਕ ਸਕਦੇ ਆ ੱੱਕਾ ਮਾਰ ਸਕਦੇ ਆ ਪਹਿਲਵਾਨੀ ਕਰ ਸਕਦੇ ਆ ਜੰਗਾਂ ਜੁੱਦਾਂ ਕਰ ਸਕਦੇ ਆ ਉੱਥੇ ਜਿਸਮਾਨੀ ਤਾਕਤ ਦੀ ਲੋੜ ਪੈਂਦੀ ਦੁਨੀਆ ਵਿੱਚ ਬਹੁਤ ਸਾਰੇ ਐਸੇ ਕੰਮ ਹੁੰਦੇ ਨੇ ਜਿਹੜੇ ਜਿਸਮਾਨੀ ਤਾਕਤ ਨਾਲ ਕੀਤੇ ਜਾਂਦੇ ਨੇ ਜਿਸਮ ਦੀ ਤਾਕਤ ਨਾਲ ਕੀਤੇ ਜਾਂਦੇ ਨੇ ਛਾਤੀ ਦੇ ਹਿੱਕ ਦੇ ਜੋਰ ਬਾਹਾਂ ਦੇ ਬਲ ਨਾਲ ਡੌਲਿਆਂ ਨਾਲ ਕੀਤੇ ਜਾਂਦੇ ਨੇ ਬਹੁਤ ਸਾਰੇ ਐਸੇ ਕੰਮ ਆ ਉੱਥੇ ਕੋਈ ਮਾਰਕੂ ਜਾਂ ਬੰਦਾ ਕੰਮ ਨਹੀਂ ਦੇ ਸਕਦਾ ਕਈ ਐਸੇ ਕੰਮ ਹੁੰਦੇ ਨੇ ਪਰ ਕੁਝ ਐਸੇ ਕੰਮ ਹੁੰਦੇ ਨੇ ਜਿਹੜੇ ਜਿਸਮ ਦੀ ਤਾਕਤ ਨਾਲ ਨਹੀਂ ਕੀਤੇ ਜਾਂਦੇ ਉੱਥੇ ਦਿਮਾਗ ਦੀ ਵਰਤੋਂ ਚਾਹੀਦੀ ਹੈ ਵਿਸ਼ਵਾਸ ਦੀ ਵਰਤੋਂ ਚਾਹੀਦੀ ਹੈ ਬਹੁਤ ਸਾਰੇ ਐਸੇ ਲੋਕ ਹੁੰਦੇ ਜਿਸਮ ਦੇ ਪੱਖੋਂ ਤਕੜੇ ਹੁੰਦੇ ਨੇ ਲੇਕਿਨ ਉਹ ਦਿਮਾਗ ਦੇ ਪੱਖੋਂ ਹੌਲੇ ਹੁੰਦੇ ਨੇ ਡਰਕਲ ਬਹੁਤ ਹੁੰਦੇ ਨੇ ਚੂਹੇ ਤੋਂ ਵੀ ਡਰ ਜਾਣਗੇ ਬਿੱਲੀ ਤੋਂ ਵੀ ਡਰ ਜਾਣਗੇ ਇਦਾਂ ਤੇ ਹੁੰਦੇ ਨੇ ਰਾਤ ਨੂੰ ਉੱਠ ਕੇ ਬਾਥਰੂਮ 'ਚ ਜਾਣਾ ਵੀ ਉਹਨਾਂ ਨੂੰ ਔਖਾ ਲੱਗਦਾ ਕਿਉਂਕਿ ਡਰਕਲ ਹੁੰਦੇ ਨੇ ਬਹੁਤ ਸਾਰੇ ਐਸੇ ਲੋਕ ਹੁੰਦੇ ਕੱਲੀ ਜਿਸਮ ਦੀ ਤਾਕਤ ਨਹੀਂ ਮਾਨਸਿਕ ਤੌਰ ਤੇ ਵੀ ਬੰਦਾ ਤਾਕਤਵਰ ਚਾਹੀਦਾ ਹੁਣ ਇੱਥੇ ਆਪਾਂ ਇਸ ਗੱਲ ਨੂੰ ਵਿਚਾਰਦੇ ਹਾਂ ਗੁਰੂ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਦੋ ਸਿੱਖਾਂ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਜਦੋਂ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਦੇ ਪਾਵਨ ਘਰ ਉੱਤੇ ਹਮਲਾ ਕੀਤਾ ਕੇ ਲਈਦਾ ਜਿਹੜਾ ਦਰਵਾਜਾ ਸੀ ਉਹਨੂੰ ਤੋੜਨ ਦੀ ਕੋਸ਼ਿਸ਼ ਕਰਨੀ ਸੀ ਉਹਨਾਂ ਨੇ ਉਹਨਾਂ ਨੇ ਇੱਕ ਹਾਥੀ ਤਿਆਰ ਕਰ ਲਿਆ ਸੀ ਜਿਹਨੂੰ ਬਹੁਤ ਸ਼ਰਾਬ ਪਲਾਈ ਗਈ ਸੀ ਖੂਨੀ ਹਾਥੀ ਦਾ ਨਾਮ ਦਿੱਤਾ ਗਿਆ ਸੀ ਤੇ ਸਤਗੁਰੂ ਜੀ ਨੇ ਨਾ ਸੰਗਤ ਵਿੱਚ ਬੈਠੇ ਹੋਏ ਸਿੱਖਾਂ ਦੇ ਕੋਲੋਂ ਜਦੋਂ ਇਹ ਗੱਲ ਸੁਣੀ ਤਾਂ ਸਤਗੁਰੂ ਨੇ ਉੱਥੇ ਦੁਨੀ ਚੰਦ ਬੈਠਾ ਸੀ ਸ਼ਰੀਰ ਦਾ ਤਕੜਾ ਸੀ ਮੋਟਾ ਭਾਰਾ ਸੀ ਸਤਗੁਰੂ ਨੇ ਕਿਹਾ ਕੋਈ ਨਹੀਂ ਜੇ ਪਹਾੜੀਆਂ ਕੋਲ ਹਾਥੀ ਹੈ ਸਾਡੇ ਕੋਲ ਵੀ ਤਾਂ ਦੁਨੀ ਚੰਦ ਹੈ ਕੋਈ ਗੱਲ ਨਹੀਂ ਦੁਨੀ ਚੰਦ ਹਾਥੀ ਨਾਲ ਮੁਕਾਬਲਾ ਕਰੇਗਾ ਹੁਣ ਦੁਨੀ ਚੰਦ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿੱਥੇ ਹਾਥੀ ਤੇ ਕਿੱਥੇ ਮੈਂ ਵੀ ਹਾਥੀ ਨੇ ਤੇ ਮੇਰੀ ਬਣਾ ਦਨੀ ਚਟਣੀ ਉਹ ਆਪਣੇ ਯਾਰਾਂ ਦੋਸਤਾਂ ਨਾਲ ਸਲਾਹ ਕਰਦਾ ਵੀ ਕੀ ਕੀਤਾ ਜਾਵੇ ਉਹਨਾਂ ਨੇ ਕਿਹਾ ਵੀ ਗੁਰੂ ਨੇ ਤੈਨੂੰ ਮਰਵਾਉਣਾ ਤੂੰ ਭੱਜ ਜਾ ਉਹਨੇ ਕਿਲਾ ਟੱਪਿਆ ਕੰਦ ਟੱਪੀ ਕਿਲੇ ਦੀ ਤੇ ਭੱਜ ਗਿਆ ਘਰ ਬੈਠਾ ਮਿੱਠੇ ਮਰਮੁਰ ਗਿਆ ਬਾਦ ਵਿੱਚ ਉਹ ਜਦੋਂ ਸਤਗੁਰੂ ਨੂੰ ਇਸ ਗੱਲ ਦਾ ਪਤਾ ਲੱਗਾ ਸਤਗੁਰੂ ਨੇ ਕਿਹਾ ਵੀ ਡਰਕਲਾਂ ਦਾ ਹੀ ਕੰਮ ਹੁੰਦਾ ਪਹਿਲਾਂ ਹੀ ਡਰ ਕੇ ਮਰ ਗਿਆ ਉਹ ਲੇਕਿਨ ਗੁਰੂ ਨੂੰ ਦੁਨੀ ਚੰਦਾਂ ਦੀ ਲੋੜ ਨਹੀਂ ਹੈ ਸਤਿਗੁਰੂ ਨੂੰ ਉਹਨਾਂ ਦੀ ਲੋੜ ਹੈ ਜਿਨ੍ਹਾਂ ਦੇ ਅੰਦਰ ਵਿਸ਼ਵਾਸ ਹੋਵੇ ਉੱਥੇ ਭਾਈ ਬਚਿੱਤਰ ਸਿੰਘ ਨਿਤਰੇ ਨੇ ਸ਼ਰੀਰ ਦੇ ਹਲਕੇ ਫੁਲਕੇ ਹੈ ਕੱਦ ਦੇ ਵੀ ਛੋਟੇ ਹੈ ਲੇਕਿਨ ਜਦੋਂ ਸਤਿਗੁਰੂ ਦੇ ਸਨਮੁਖ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਮੇਰੇ ਤੇ ਕਰਿਓ ਤਾਂ ਸਤਿਗੁਰੂ ਨੇ 나ਗਣੀ ਵਰਸ਼ਾ ਦਿੱਤਾ ਇਤਿਹਾਸ ਕਰ ਕਹਿੰਦੇ ਨੇ 나ਗਣੀ ਵਰਸ਼ੇ ਦੇ ਵਾਰ ਨਾਲ ਭਾਈ ਬਚਿੱਤਰ ਸਿੰਘ ਨੇ ਉਸ ਮਸਤ ਸ਼ਰਾਬੀ ਕੂਨੀ ਹਾਤੀ ਦਾ ਮੁਕਾਬਲਾ ਕੀਤਾ ਤੇ ਇਹ جنگ ਸਿੱਖਾਂ ਦੇ ਹੱਥ ਵਿੱਚ ਰਹੀ। ਸੋ ਪਿਆਰਿਓ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਜਗ੍ਹਾ ਤੇ ਜਿਸਮਾਨੀ ਤਾਕਤ ਕਮ ਆਉਂਦੀ ਹੈ। ਬਹੁਤ ਜਗ੍ਹਾ ਤੇ ਦਿਮਾਗੀ ਤਾਕਤ ਵੀ ਕਮ ਆਉਂਦੀ ਹੈ। ਇਹ ਵੀ ਇੱਕ ਤਾਕਤ ਹੁੰਦੀ ਹੈ। ਇਹ ਵੀ ਹੁਨਰ ਹੁੰਦਾ ਹੈ ਇੱਕ। ਸੋ ਤਾਕਤਾਂ ਕਈ ਪ੍ਰਕਾਰ ਦੀਆਂ ਹੁੰਦੀਆਂ ਨੇ। ਪੜ੍ਹਾਈ ਦੀ ਤਾਕਤ, ਹੁਨਰ ਦੀ ਤਾਕਤ, ਕੁਰਸੀ ਦੀ ਤਾਕਤ, ਜਿਸਮ ਦੀ ਤਾਕਤ, ਜਾਂ ਤਰੀਕਿਆਂ ਦੀ ਤਾਕਤ। ਹਰ ਬੰਦੇ ਦੇ ਕੋਲ ਆਪੋ ਆਪਣੇ ਤਰੀਕੇ ਦੀ ਇੱਕ ਤਾਕਤ ਹੁੰਦੀ ਹੈ ਬੋਲਾਂ ਦੀ ਤਾਕਤ ਵੀ ਹੁੰਦੀ ਹੈ ਸ਼ਬਦਾਂ ਦੀ ਵੀ ਤਾਕਤ ਹੁੰਦੀ ਜਿਵੇਂ ਤਲਵਾਰ ਵੀ ਤਾਕਤ ਹੈ ਐਨ ਇਸੇ ਤਰ੍ਹਾਂ ਜਿਹੜੇ ਬੋਲ ਨੇ ਉਹ ਵੀ ਤਾਕਤ ਹੈ ਜ਼ੁਬਾਨ ਵੀ ਤਾਕਤ ਹੈ ਦੰਦ ਵੀ ਤਾਕਤ ਹੈ ਪਰ ਤਾਕਤ ਨੂੰ ਵਰਤਣ ਦਾ ਤਰੀਕਾ ਹੋਣਾ ਇਹ ਬਹੁਤ ਜ਼ਰੂਰੀ ਹੈ ਭਲਿਓ ਜਿਵੇਂ ਅੱਜ ਸਿੱਖਾਂ ਦੇ ਕੋਲ ਪੈਸਾ ਬਹੁਤ ਹੈ ਆਕਾਲ ਤਖਸੈ ਵੀ ਮੌਜੂਦ ਹੈ ਸਭ ਕੁਝ ਹੈ ਪਰ ਸਿੱਖਾਂ ਨੂੰ ਤਾਕਤ ਵਰਤਣ ਦਾ ਤਰੀਕਾ ਕਿਉਂ ਨਹੀਂ ਆ ਰਿਹਾ ਆਪਾਂ ਮਾਰ ਕਿਉਂ ਖਾ ਰਹੇ ਹਾਂ ਹਰ ਜਗ੍ਹਾ ਤੇ ਕਿਉਂ ਮਾਰ ਖਾਂਨੇ ਕਿਉਂ ਸਰਕਾਰਾਂ ਸਾਨੂੰ ਐਵੇਂ ਦਬਾਲ ਲੈਂਦੀਆਂ ਨੇ ਜਦੋਂ ਮਰਜੀ ਜਦੋਂ ਤੱਕ ਆਪਾਂ ਇਸ ਗੱਲ ਨੂੰ ਨਹੀਂ ਸਮਝਦੇ ਕਿ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਤਾਕਤ ਹੈ ਕਲਗੀਆਂ ਵਾਲੇ ਦੇ ਬੋਲਾਂ ਦੀ ਤਾਕਤ ਹੈ ਅਸੀਂ ਮਾਰ ਨਹੀਂ ਖਾ ਸਕਦੇ ਸਿੱਖ ਉਦੋਂ ਤੱਕ ਮਾਰ ਖਾਂਦਾ ਹੀ ਨਹੀਂ ਜਦੋਂ ਤੱਕ ਸਿੱਖ ਸਿੱਖ ਨੂੰ ਨਾ ਮਾਰੇ ਸਿੱਖ ਕਦੇ ਨਾ ਰਹੇ ਸੋ ਆਪਣੇ ਵਿੱਚ ਜਿਹੜੇ ਗਦਾਰ ਨੇ ਉਹਨਾਂ ਤੋਂ ਬਚਨ ਦੀ ਲੋੜ ਹੈ ਸਾਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਇਸ ਕਾ ਬਲ ਇਹਦੀ ਜਿਹੜੀ ਤਾਕਤ ਹੈ ਨਾ ਹੀ ਇਸ ਹੱਥ ਇਹਦੇ ਆਪਣੇ ਕੰਟਰੋਲ 'ਚ ਨਹੀਂ ਹੈ ਪਰਮਾਤਮਾ ਦੇ ਕੰਟਰੋਲ ਦੇ ਵਿੱਚ ਹੈ ਵੀ ਸਭ ਕੁਝ ਰੱਬ ਨੇ ਸਾਨੂੰ ਨਹੀਂ ਦਿੱਤਾ ਰੱਬ ਦੇ ਕੰਟਰੋਲ 'ਚ ਇਹਨੂੰ ਇੰਨੀ ਕੋਈ ਤਾਕਤ ਦਿੱਤੀ ਹੈ ਵੀ ਕੁਝ ਵੀ ਕਰ ਸਕਦਾ ਹੈ ਪਰ ਫਿਰ ਵੀ ਨਿਰੰਕਾਰ ਨੇ ਕਾਫੀ ਗੱਲਾਂ ਤੋਂ ਕੰਟਰੋਲ ਆਪਣੇ ਹੱਥ ਵਿੱਚ ਲਿਆ ਹੋਇਆ ਕਰਨ ਕਰਾਵਨ ਸਰਬਕੁਨਾਥ ਨਹੀਂ ਤਾਂ ਬੰਦਾ ਪੂਰੀ ਦੁਨੀਆ ਨੂੰ ਅਗਲਾ ਦੇ ਕਰਨ ਕਰਾਵਨ ਸਰਬਕੁਨਾਥ ਕਰਨ ਕਰਣ ਭਾਵ ਕਰਨ ਵਾਲਾ ਅਤੇ ਕਰਾਉਣ ਵਾਲਾ ਕੌਣ ਹੈ ਸਰਬਕੋਨਾਥ ਜਿਹੜਾ ਸਾਰਿਆਂ ਦਾ ਖਸਮ ਹੈ ਨਿਰੰਕਾਰ ਵਾਹਿਗੁਰੂ ਪ੍ਰਮਾਤਮਾ ਉਹ ਆਪ ਹੈ ਆਗਿਆਕਾਰੀ ਬੱਪੜਾ ਜੀਓ ਅਸੀਂ ਜਿਹੜੇ ਵਿਚਾਰੇ ਜੀਵ ਆ ਅਸੀਂ ਉਹਦੇ ਆਗਿਆਕਾਰੀਆਂ ਭਾਵੇਂ ਉਹਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ ਉਹਦੀ ਆਗਿਆ ਤੋਂ ਬਾਹਰ ਨਹੀਂ ਜਾ ਸਕਦੇ ਅਸੀਂ ਉਹਦੇ ਹੁਕਮ ਦੇ ਵਿੱਚ ਆਸੀਂ ਉਹਦੇ ਹੁਕਮ 'ਚੇ ਚੱਲਣਾ ਹੈ ਭਾਵੇਂ ਤੁਸੀਂ ਹੱਸ ਕੇ ਚੱਲੋ ਭਾਵੇਂ ਰੋ ਕੇ ਚੱਲੋ ਚੱਲਣਾ ਤਾਂ ਉਹਦੀ ਉਹਦੀ ਆਗਿਆ ਉਹਦੇ ਹੁਕਮ ਤੇ ਉਹਦੇ ਬਣਾਏ ਹੋਏ ਨਿਯਮਾਂ ਚ ਹੀ ਪੈਣਾ ਇੱਥੇ ਭਾਵੇਂ ਬੰਦਾ ਲੱਖ ਵਾਰੀ ਰੋਵੇ ਲੱਖ ਵਾਰੀ ਮਰੇ ਹਾਹਾਕਾਰ ਮਚਾਵੇ ਕੁਝ ਨਹੀਂ ਬੰਦਾ ਕਰ ਸਕਦਾ ਜੋ ਕੁਝ ਹੋਣਾ ਉਹਦੇ ਹੁਕਮ ਉਹਦੀ ਪਾਵਰ ਉਹਦੀ ਸ਼ਕਤੀ ਉਹਦੀ ਤਾਕਤ ਚ ਹੋਣਾ ਔਰ ਇਸ ਗੱਲ ਨੂੰ ਦੁਨੀਆ ਦਾ ਕੋਈ ਬੰਦਾ ਵੰਗਾਰ ਨਹੀਂ ਸਕਦਾ ਕਹਿ ਨਹੀਂ ਸਕਦਾ ਨਹੀਂ ਜੀ ਮੈਂ ਸਭ ਕੁਝ ਕਰ ਸਕਦਾ ਜਦੋਂ ਉਹ ਕਰਨ ਤੇ ਆ ਜੇ ਨਾ ਬੰਦਿਆ ਫਿਰ ਤੇਰੇ ਧਰੇ ਦੇ ਧਰਾਏ ਰਹਿ ਜਾਂਦੇ ਨੇ ਸਾਰਾ ਕੁਝ ਹਰ ਚੀਜ਼ ਸਤਗੁਰੂ ਅਗੇ ਕਹਿੰਦੇ ਨੇ ਜੋਤ ਸੁਭਾਵ ਹੈ ਸੋਈ ਫਨthio ਕਿਉਂਕਿ ਹੁੰਦਾ ਉਹੀ ਹੈ ਜੋ ਉਸ ਨੂੰ ਪਾਉਂਦਾ ਹੈ ਹੁੰਦਾ ਸੰਸਾਰ 'ਚ ਉਹੀ ਹੈ ਜੋ ਉਸ ਨਿਰੰਕਾਰ ਨੂੰ ਚੰਗਾ ਲੱਗਦਾ ਜਪਜੀ ਸਾਹਿਬ ਦਾ ਬਚਨ ਸਾਲਾਹੀ ਸਾਲਾ ਇਤੀ ਸੁਰਤ ਨ ਪਾਈਆ ਨਦੀਆਂ ਅਤੇ ਵਾ ਪਵੇਂ ਸਮੁੰਦਨਾ ਜਾਣੀਏ ਕਹਿੰਦੇ ਜਿੰਨਾ ਮਰਜੀ ਉਹਨੂੰ ਸਲਾਓ ਪਰ ਫਿਰ ਵੀ ਇੰਨੀ ਬੁੱਧੀ ਇੰਨੀ ਇੰਨਾ ਦਿਮਾਗ ਇੰਨੀ ਸੋਚ ਨਹੀਂ ਮਿਲਦੀ ਜਿੱਡਾ ਉਹ ਵੱਡਾ ਹੈ ਆਪਾਂ ਉਹਨੂੰ ਸਮਝ ਨਹੀਂ ਸਕਦੇ ਕਿੰਨਾ ਉਹ ਮਹਾਨ ਹੈ ਸਤਿਗੁਰੂ ਜੀ ਕਹਿੰਦੇ ਨੇ ਬਸ ਉਹਦੇ ਚਰਣਾ ਚੇ ਅਸੀਂ ਸੀਸ ਨਵਾਣਾ ਤੇ ਕਹਿਣਾ ਵੀ ਨਿਰੰਕਾਰ ਤੂੰ ਬੜਾ ਵੱਡਾ ਹੈ ਕਿਰਪਾ ਕਰ ਸਾਡੀ ਸੋਚ ਵੀ ਵੱਡੀ ਕਰ ਦੇ ਤਾਂ ਕਿ ਅਸੀਂ ਮਾੜੇ ਚੰਗੇ ਦੀ ਪਛਾਣ ਕਰ ਸਕੀਏ ਬੁਰੇ ਭਲੇ ਦੀ ਪਛਾਣ ਕਰ ਸਕੀਏ ਕੱਚ ਸੱਚ ਨੂੰ ਪਾਪ ਪੁੰਨ ਨੂੰ ਪਛਾਨ ਸਕੀਏ ਸਾਥੋਂ ਕਦੇ ਕੁਝ ਮਾਰਾ ਨਾ ਹੋਵੇ ਜਦੋਂ ਵੀ ਹੋਵੇ ਤੇ ਮੇਰੇ ਮਾਲਕਾ ਚੰਗਾਈ ਹੋਵੇ ਕਬ ਹੂੰ ਊਚ ਨੀਚ ਮੈਂ ਬਸੈ ਹੁਣ ਇਹ ਬੜੀ ਕਮਾਲ ਦੀ ਗੱਲ ਐਥੇ ਅਕਾਲ ਪੁਰਖ ਵਾਹਿਗੁਰੂ ਸਭਨਾ ਚ ਵਸਦਾ ਹੈ ਹੁਣ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਬ ਹੂੰ ਕਦੇ ਅਕਾਲ ਪੁਰਖ ਵਾਹਿਗੁਰੂ ਉੱਚੀਆਂ ਚ ਵੀ ਐ ਅਕਾਲ ਪੁਰਖ ਵਾਹਿਗੁਰੂ ਨੀਚੀਆਂ ਚ ਵੀ ਨੀਵਿਆਂ ਚ ਵੀ ਪ੍ਰਗਟ ਹੋ ਰਿਹਾ ਭਾਵ ਕਿ ਨਿਰੰਕਾਰ ਦਾ ਵਾਸਾ ਚੰਗਿਆਂ ਮਾੜਿਆਂ ਚ ਵੀ ਐ ਜਿਹੜੇ ਬਹੁਤ ਉੱਚੇ ਨੇ ਉਹਨਾਂ ਵਿੱਚ ਵੀ ਐ ਜਿਹੜੇ ਬਹੁਤ ਨੀਵੇਂ ਨੇ ਉਹਨਾਂ ਵਿੱਚ ਵੀ ਹੈ ਇਸ ਲਈ ਪਿਆਰਿਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਹਿਸਟਰੀ ਪੜ੍ਹ ਕੇ ਵਿਖ ਲੋ ਗਏ ਹੀ ਉਹਨਾਂ ਦੇ ਕੋਲ ਜਿਹੜੇ ਭੁੱਲੇ ਭਟਕੇ ਸੀ ਗਏ ਹੀ ਉਹਨਾਂ ਦੇ ਕੋਲ ਜਿਨ੍ਹਾਂ ਨੂੰ ਸਮਾਜ ਨੇ ਤਿਆਗ ਦਿੱਤਾ ਸੀ ਗਏ ਹੀ ਉਹਨਾਂ ਦੇ ਕੋਲ ਜਿਨ੍ਹਾਂ ਨੂੰ ਲੋਕਾਂ ਨੇ ਬਿਲਕੁਲ ਛੱਡ ਦਿੱਤਾ ਸੀ ਨਕਾਰੇ ਬਣਾ ਦਿੱਤਾ ਸੀ ਸਤਗੁਰੂ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੀ ਰਗ ਪਛਾਣਦੇ ਨੇ ਉਹਨਾਂ ਦੀ ਬਾਹ ਫੜਦੇ ਨੇ ਤੇ ਉਹਨਾਂ ਨੂੰ ਸਿੱਧੇ ਰਸਤੇ ਦੇ ਉੱਤੇ ਪਾਉਂਦੇ ਨੇ ਸੋ ਇਹ ਜ਼ਰੂਰੀ ਨਹੀਂ ਹੈ ਪਿਆਰਿਓ ਕਿ ਜੇਕਰ ਕੋਈ ਮਾੜੇ ਜੀਵਨ ਵਾਲਾ ਹੈ ਤੇ ਆਪਾਂ ਉਹਨੂੰ ਛੱਡ ਦੇਣਾ ਨਹੀਂ ਸਗੋਂ ਉਹਨੂੰ ਸਿੱਧੇ ਰਸਤੇ ਤੇ ਪਾਉਣ ਦੀ ਕੋਸ਼ਿਸ਼ ਕਰਿਆ ਕਰੋ ਸਾਡੇ ਹਾਲਾਤ ਇਹ ਨੇ ਅੱਜ ਜਦੋਂ ਕੋਈ ਇਨਸਾਨ ਛੋਟੀ ਮੋਟੀ ਗਲਤੀ ਕਰਦਾ ਹੈ ਨਾ ਤੇ ਅਸੀਂ ਵੀਡੀਓ ਤੇ ਵੀਡੀਓ ਪਾ ਕੇ ਉਹਨੂੰ ਐਸਾ ਪੰਡਦੇ ਆਂ ਉਦੋਂ ਤੱਕ ਅਸੀਂ ਸਾਹ ਨਹੀਂ ਲੈਂਦੇ ਜਦੋਂ ਤੱਕ ਉਹ ਬੰਦਾ ਵਿਚਾਰਾ ਆਤਮ ਹੱਤਿਆ ਨਹੀਂ ਕਰ ਲੈਂਦਾ ਹਾਲਾਤ ਇਹ ਨੇ ਇਹ ਜ਼ਰੂਰੀ ਨਹੀਂ ਕਿ ਗਲਤੀ ਨਾ ਕਰਨ ਵਾਲਾ ਇਨਸਾਨ ਭਲਾ ਹੈ ਤੇ ਇਹ ਜ਼ਰੂਰੀ ਨਹੀਂ ਗਲਤੀ ਕਰਨ ਵਾਲਾ ਇਨਸਾਨ ਮਾੜਾ ਹੁੰਦਾ ਕਿਸੇ ਟਾਈਮ ਕਿਸੇ ਕੋਲੋਂ ਗਲਤੀ ਭੁੱਲ ਕੇ ਵੀ ਹੋ ਜਾਂਦੀ ਹੈ ਅਣਜਾਣਪੁਣੀ ਚ ਵੀ ਹੋ ਜਾਂਦੀ ਹੈ ਸੋ ਆਪਣੀ ਸੋਚ ਨੂੰ ਆਪਣੇ ਦਿਮਾਗ ਨੂੰ ਨਾ ਟਿਕਾਣੇ ਤੇ ਰੱਖਣਾ ਚਾਹੀਦਾ ਇਹ ਸੋਚਣਾ ਚਾਹੀਦਾ ਵੀ ਉਹਦੇ ਵਿੱਚ ਵੀ ਤਾਂ ਰੱਬ ਵੱਸਦਾ ਉਹਦੇ ਵਿੱਚ ਤਾਂ ਨਿਰੰਕਾਰ ਵੱਸਦਾ ਪਰ ਨਹੀਂ ਜਿਵੇਂ ਮੈਂ ਕਿਹਾ ਕਰਦਾ ਆਪਣੇ ਲਈ ਸਾਰੇ ਵਕੀਲ ਹੁੰਦੇ ਐ ਦੂਸਰਿਆਂ ਲਈ ਸਾਰੇ ਜੱਜ ਹੁੰਦੇ ਐ ਅਸੀਂ ਇੱਕ ਮਿੰਟ ਦੇ ਵਿੱਚ ਫੈਸਲਾ ਕਰਕੇ ਅਗਲੀ ਦੀ ਜ਼ਿੰਦਗੀ ਖਰਾਬ ਕਰ ਦਿੰਨੇ ਐ ਸੋ ਪਿਆਰਿਓ ਬਹੁਤ ਜ਼ਰੂਰੀ ਹੈ ਗੁਰੂ ਅਰਜਨ ਸਾਹਿਬ ਦੇ ਇਨ੍ਹਾਂ ਬੋਲਾਂ ਨੂੰ ਪਹਿਚਾਨਣ ਦੀ ਕਿ ਜੇ ਸਮਾਜ ਨੂੰ ਚੰਗਾ ਬਣਾਉਣਾ ਚਾਹੁੰਨੇ ਹੋ ਤਾਂ ਜ਼ਰੂਰੀ ਨਹੀਂ ਕਿ ਜਿਹੜੇ ਮਾਰੇ ਉਹਨਾਂ ਨੂੰ ਫਾਹੇ ਟੰਗੋ ਮਾਰੇ ਤੇ ਚੰਗਾ ਹੋਣਾ ਇਹ ਸਾਡੇ ਵੱਸ ਵਿੱਚ ਨਹੀਂ ਹੈ ਕਿਸੇ ਟਾਈਮ ਸਾਡੇ ਕੋਲੋਂ ਜਾਣੇ ਅਣਜਾਣੇ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਨਾਨਕ ਸਾਹਿਬ ਦਾ ਬਚਨ ਪੱਲੇ ਬੰਨਿਓ ਜੀ ਕੱਚ ਪਕਾਈ ਉਥੈ ਪਾਏ ਕੱਚਾ ਕੌਣ ਪੱਕਾ ਕੌਣ ਇਹਦਾ ਪਤਾ ਰੱਬ ਰੱਬ ਦੇ ਘਰ ਚੇ ਜਾ ਕੇ ਲੱਗਦਾ ਭਾਵ ਜਦੋਂ ਰੱਬ ਪਰਖਦਾ ਕੱਚ ਪਕਾਈ ਉਥੈ ਪਾਏ ਨਾਨਕ ਗਿਆਨ ਜਾਪਿਆ ਜਾਏ ਜਿਹੜਾ ਉਸ ਅਵਸਥਾ ਵਿੱਚ ਪਹੁੰਚ ਜਾਂਦਾ ਉਹਨੂੰ ਪਤਾ ਲੱਗਦਾ ਨਹੀਂ ਤਾਂ ਸਾਰੇ ਆਪੋ ਆਪਣੀ ਜਗ੍ਹਾ ਤੇ ਸੱਚੇ ਹੁੰਦੇ ਨੇ ਸਾਰੇ ਆਪੋ ਆਪਣੀ ਜਗ੍ਹਾ ਤੇ ਬ੍ਰਹਮ ਗਿਆਨੀ ਹੁੰਦੇ ਨੇ ਇਸ ਲਈ ਆਪਾਂ ਭੰਡਣ ਲੱਗਿਆਂ ਇੱਕ ਮਿੰਟ ਵੀ ਨਹੀਂ ਲਾਉਂਦੇ ਓ ਮਾੜਾ ਜੀ ਓ ਮਾੜਾ ਜੀ ਓ ਮਾੜਾ ਜੀ ਫਿਰ ਕੀ ਹੁੰਦਾ ਪੱਲੇ ਕੀ ਪੈਂਦਾ ਕੱਖ ਵੀ ਨਹੀਂ ਸਤਿਗੁਰੂ ਕਹਿੰਦੇ ਨੇ ਕਬ ਹੂੰ ਸੋਗ ਹਰਖ ਰੰਗ ਹਸੈ ਆਪਾਂ ਦੁਨੀਆ 'ਚ ਵੇਖ ਰਹੇ ਹਾਂ ਕੋਈ ਰੋ ਰਿਹਾ ਹੈ ਕੋਈ ਹੱਸ ਰਿਹਾ ਹੈ ਕਿਸੇ ਦਾ ਨੁਕਸਾਨ ਹੋ ਗਿਆ ਤੇ ਉਹ ਰੋ ਰਿਹਾ ਕਿਸੇ ਦਾ ਲਾਭ ਹੋ ਗਿਆ ਤੋ ਹੱਸ ਰਿਹਾ ਦੁਨੀਆ ਚੱਲਦੀ ਇਦਾਂ ਹੀ ਹੈ ਕਿਸੇ ਦਾ ਨੁਕਸਾਨ ਹੋ ਕੇ ਹੀ ਕਿਸੇ ਦਾ ਲਾਭ ਹੁੰਦਾ ਹੈ ਤੇ ਜਿਹੜਾ ਰਿਆ ਕੱਖ ਨਹੀਂ ਰੋਣਾ ਹੈ ਤੇ ਜਿਸ ਇਨਸਾਨ ਨੂੰ ਕੁਝ ਮਿਲ ਗਿਆ ਉਹਨੇ ਤਾਂ ਹੱਸਣਾ ਹੀ ਨਾ ਪਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪ੍ਰਮਾਤਮਾ ਸਭਣਾ ਵਿੱਚ ਹੈ ਕਿਸੇ ਦਾ ਨੁਕਸਾਨ ਹੋ ਰਿਹਾ ਤੇ ਉਹਦੇ ਵਿੱਚ ਵੀ ਪ੍ਰਮਾਤਮਾ ਉਹਦੇ ਨਾਲ ਹੀ ਰੋ ਰਿਹਾ ਹੈ ਤੇ ਕਿਸੇ ਦਾ ਜਿਹੜਾ ਲਾਭ ਹੋ ਗਿਆ ਤੇ ਪ੍ਰਮਾਤਮਾ ਉਹਦੀ ਖੁਸ਼ੀ ਦੇ ਵਿੱਚ ਹੱਸ ਰਿਹਾ ਹੈ ਹੈ ਸਭਣਾ ਦੇ ਵਿੱਚ ਹੀ ਹੈ ਨਿਰੰਕਾਰ ਵਾਹਿਗੁਰੂ ਸੋ ਇਹ ਬੁੱਧੀ ਹੈ ਆਪਣੀ ਪਹਿਚਾਣਨ ਦੀ ਰੋਂਦਿਆਂ ਵਿੱਚ ਵੀ ਹੈ ਉਹ ਹੱਸਦਿਆਂ ਵਿੱਚ ਵੀ ਹੈ ਉਹ ਸੋ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਪਿਆਰਿਓ ਜਦੋਂ ਸਬਣਾ ਵਿੱਚ ਐ ਤੇ ਆਪਾਂ ਪਹਿਚਾਣ ਕਿਉਂ ਨਾ ਕਰੀਏ ਆਪਾਂ ਰੋਂਦਿਆਂ ਤੇ ਹੰਝੂ ਕਿਉਂ ਨਾ ਪੁੰਝੀਏ ਮੈਂ ਇੱਕ ਵਾਰੀ ਇੱਕ ਕਵਿਤਾ ਲਿਖੀ ਸੀ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਬਾਰੇ ਉਹਦੇ ਚ ਮੈਂ ਇਹ ਚੰਦ ਬੋਲ ਦਰਜ ਕੀਤੇ ਸਨ ਕਿ ਸਾਡਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਦਾਂ ਦਾ ਸੀ ਰੋਂਦਿਆਂ ਦੇ ਹੰਝੂ ਸੀ ਉਹ ਪੁੰਜਦਾ ਡਿੱਗਿਆਂ ਨੂੰ ਲਾਉਂਦਾ ਸੀਨੇ ਨਾਲ ਸੀ ਚੰਗੇ ਮਾੜੇ ਗੋਰੇ ਕਾਲੇ ਸਭ ਦਾ ਰੱਖਦਾ ਉਹ ਦਿਲ ਤੋਂ ਖਿਆਲ ਸੀ ਪੱਥਰ ਵੀ ਜਦੋਂ ਕਿਸੇ ਮਾਰਿਆ ਬੁਰਾ ਨਾ ਮਨਾਇਆ ਬਾਬਾ ਨਾਨਕ ਚਾਰੇ ਪਾਸੇ ਯਾਰੋ ਬੜੇ ਦੁੱਖ ਸੀ ਜਦੋਂ ਮੇਰਾ ਆਇਆ ਬਾਬਾ ਨਾਨਕ ਜਦੋਂ ਗੁਰੂ ਨਾਨਕ ਸਾਹਿਬ ਦਾ ਜੀਵਨ ਪੜਦੇ ਆ ਮਿਲਦਾ ਹੀ ਆਹੀ ਕੁਛ ਹੈ ਜਿਨ੍ਹਾਂ ਨੇ ਪੱਥਰ ਮਾਰੇ ਸਤਿਗੁਰੂ ਨੇ ਇਹ ਨਹੀਂ ਕਿਹਾ ਤੁਸੀਂ ਮਾਰੇ ਹੋ ਸਤਿਗੁਰੂ ਨੇ ਉਹਨਾਂ ਨੂੰ ਵੀ ਸਮਝਾਇਆ ਪੜ ਲਓ ਬਗਦਾਦ ਵਿੱਚ ਗੁਰੂ ਨਾਨਕ ਸਾਹਿਬ ਗਏ ਨੇ ਉੱਥੇ ਗੁਰੂ ਨਾਨਕ ਸਾਹਿਬ ਨੂੰ ਪੱਥਰ ਪਏ ਨੇ ਤੇ ਜੇ ਪੱਥਰ ਪਏ ਨੇ ਤੇ ਸਤਿਗੁਰੂ ਸਤੰਤ ਲੱਗੇ ਹੋਣਗੇ ਨਾ ਤੇ ਇਹਦ ਨਹੀਂ ਵੀ ਪੱਥਰ ਰੋਗੇ ਸੀ ਉੱਥੇ ਲੇਕਿਨ ਸਤਗੁਰੂ ਨੇ ਉਹਨਾਂ ਤੋਂ ਡਰ ਕੇ ਭੱਜਣਾ ਜਾਂ ਉਹਨਾਂ ਨੂੰ ਮਾਰਾ ਕਹਿਣਾ ਸ਼ੁਰੂ ਨਹੀਂ ਕੀਤਾ ਨਾ ਡਰ ਕੇ ਭੱਜੇ ਨਾ ਉਹਨਾਂ ਨੂੰ ਮਾਰਾ ਕਿਹਾ ਸਗੋਂ ਉਹਨਾਂ ਨੂੰ ਅੱਲਾ ਦੀ ਬੰਦਗੀ ਵੱਲ ਲਾਇਆ ਤੇ ਜਿਨ੍ਹਾਂ ਨੇ ਪੱਥਰ ਮਾਰੇ ਜਿਨ੍ਹਾਂ ਨੇ ਮਾਰਾ ਕਹਿਣ ਦੀ ਕੋਸ਼ਿਸ਼ ਕੀਤੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐਸਾ ਉਹਨਾਂ ਉੱਤੇ ਸ਼ਬਦ ਦਾ ਅਸਰ ਕਰਦੇ ਨੇ ਕਿ ਉਹ ਗੁਰੂ ਨਾਨਕ ਸਾਹਿਬ ਦੇ ਚਰਨੀ ਪੈ ਜਾਂਦੇ ਨੇ ਕਿਉਂਕਿ ਸੱਚ ਝੂਠ ਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਸਤਿਗੁਰੂ ਕਹਿੰਦੇ ਕਬਹੂ ਨਿੰਦ ਚਿੰਦ ਵਿਵਹਾਰ ਨਿੰਦਾ ਕਰਨ ਵਾਲੇ ਵੀ ਦੁਨੀਆ 'ਚ ਬਹੁਤ ਲੋਕ ਐ ਨਿੰਦਕ ਵੀ ਬਹੁਤ ਐ ਚੰਗਾ ਕਹਿਣ ਵਾਲੇ ਵੀ ਬਹੁਤ ਐ ਪਰ ਸਤਿਗੁਰੂ ਕਹਿੰਦੇ ਕਦੇ ਦੂਜਿਆਂ ਦੀ ਨਿੰਦਾ ਵਿਚਾਰਨ ਦਾ ਵਿਹਾਰ ਬਣਾਈ ਬੈਠਾ ਹੈ ਨਿਰੰਕਾਰ ਭਾਵ ਜਿਹੜੇ ਨਿੰਦਕ ਨੇ ਉਹਨਾਂ ਵਿੱਚ ਵੀ ਉਹੀ ਮੌਜੂਦ ਹੈ ਨਿਰੰਕਾਰ ਪਰ ਉਹ ਆਪਣੇ ਅੰਦਰੋਂ ਉਹਦੀ ਪਹਿਚਾਨ ਨਹੀਂ ਕਰਦੇ ਆਪਣੇ ਅੰਦਰੋਂ ਉਹਨੂੰ ਢੂੰਡਦੇ ਨਹੀਂ ਐ ਲੱਭਦੇ ਨਹੀਂ ਐ ਉਹ ਬਸ ਦੂਜਿਆਂ ਦੀ ਨਿੰਦਾ ਦੂਜੇ ਨੂੰ ਮਾੜਾ ਕਹਿਣਾ ਇਹਦੇ ਚੱਕਰਾਂ ਦੇ ਵਿੱਚ ਹੀ ਰਾਤ ਦਿਨ ਪਏ ਰਹਿੰਦੇ ਨੇ ਤੇ ਆਪਣੀ ਜ਼ਿੰਦਗੀ ਜਿਹੜੀ ਹੈ ਇਹਨਾਂ ਚੱਕਰਾਂ ਦੇ ਵਿੱਚ ਹੀ ਉਹ ਬਰਬਾਦ ਕਰ ਲੈਂਦੇ ਨੇ ਕਬ ਹੂ ਉਬ ਆਕਾਸ਼ ਪਿਆਲ ਜਿਵੇਂ ਇਨਸਾਨ ਹੁਣ ਰੱਬ ਦੀ ਗੱਲ ਕੱਦਗਾ ਵੀ ਉਹ ਸਭਣਾ ਵਿੱਚ ਹੈ ਜਿਵੇਂ ਇਨਸਾਨ ਕਦੇ ਖੁਸ਼ੀ ਦੇ ਕਾਰਨ ਆਕਾਸ਼ ਵਿੱਚ ਬਹੁਤ ਉੱਚਾ ਚੜ ਜਾਂਦਾ ਖੁਸ਼ੀ ਆ ਗਈ ਸਭ ਕੁਝ ਮਿਲ ਗਿਆ ਧਨ ਦੌਲਤ ਜਿਆਦਾ ਮਿਲ ਗਈ ਫਿਰ ਤਾਂ ਆਕਾਸ਼ ਵਿੱਚ ਇਨਸਾਨ ਉਡਾਰੀਆਂ ਲਾਉਂਦਾ ਜਦੋਂ ਕੁਝ ਮਿਲ ਜਾਏ ਤੇ ਕਦੇ ਜਦੋਂ ਚਿੰਤਾ ਆ ਜਾਏ ਦੁੱਖ ਆ ਜਾਏ ਫਿਰ ਡਿੱਗ ਪਿੰਦਾ ਪਤਾਲ ਦੇ ਵਿੱਚ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਇਹ ਮਤ ਜਾਣਿਓ ਵੀ ਉਹਨਾਂ ਵਿੱਚ ਨਹੀਂ ਹੈ ਜਿਹੜੇ ਖੁਸ਼ੀ ਮਨਾ ਰਹੇ ਨੇ ਆਕਾਸ਼ ਵਿੱਚ ਉਡਾਰੀਆਂ ਲਾ ਰਹੇ ਨੇ ਉਹਨਾਂ ਵਿੱਚ ਵੀ ਹੈ ਤੇ ਜਿਹੜੇ ਚਿੰਤਾ ਵਿੱਚ ਮਰ ਰਹੇ ਨੇ ਪਤਾਲਾਂ 'ਚ ਡਿੱਗੇ ਪਏ ਨੇ ਉਹਨਾਂ ਵਿੱਚ ਵੀ ਹੈ ਪਰ ਪਛਾਣਣਾ ਆਏ ਹੈ ਵੀ ਖੁਸ਼ੀ ਦੇ ਵਿੱਚ ਜ਼ਿਆਦਾ ਉੱਡਣਾ ਨਹੀਂ ਚਾਹੀਦਾ ਤੇ ਚਿੰਤਾ ਦੇ ਵਿੱਚ ਜ਼ਿਆਦਾ ਮਰਨਾ ਨਹੀਂ ਚਾਹੀਦਾ ਹੁਣ ਖੁਸ਼ੀ ਆਵੇ ਤੇ ਰਬ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਚਿੰਤਾ ਆਵੇ ਤੇ ਵਾਹਿਗੁਰੂ ਦਾ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰੋ ਕਿ ਮਾਲਕਾ ਕਿਰਪਾ ਕਰੀ ਦੁੱਖ ਵਿੱਚ ਵੀ ਤੂੰ ਸਹਾਈ ਹੋਣਾ ਜੇ ਮੇਰੇ ਸੁੱਖ ਦੇ ਵਿੱਚ ਤੂੰ ਸਹਾਈ ਹੋਇਆ ਤੇ ਮਾਲਕਾ ਦੁੱਖ ਦੇ ਵਿੱਚ ਵੀ ਤਾਂ ਤੇਰੀ ਲੋੜ ਹੈ ਮੈਨੂੰ ਜੇ ਮੈਨੂੰ ਤੂੰ ਸੁੱਖ ਦਿੱਤੇ ਨੇ ਤਾਂ ਮੇਰੇ ਗੁਰੂ ਨਾਨਕ ਸਾਹਿਬ ਜੀ ਦੁੱਖ ਦੇ ਵਿੱਚ ਵੀ ਮੈਨੂੰ ਤੇਰੀ ਲੋੜ ਹੈ ਕਿਉਂਕਿ ਦੁੱਖ 'ਚ ਜਿਆਦਾ ਲੋੜ ਹੈ ਦੁੱਖ ਬੰਦੇ ਨੂੰ ਸੁੱਟ ਦਿੰਦਾ ਹੈ ਤੋੜ ਦਿੰਦਾ ਹੈ ਜਿਆਦਾ ਜ਼ਰੂਰਤ ਹੁੰਦੀ ਹੈ ਸੋ ਅਰਦਾਸ ਕਰਨੀ ਹੈ ਕਿ ਮਾਲਕਾ ਖੁਸ਼ੀ ਵਿੱਚ ਤਾਂ ਸਾਰੇ ਨਾਲ ਸੀ ਮੇਰੇ ਪਰ ਅੱਜ ਦੁੱਖ ਦੇ ਵਿੱਚ ਮੇਰਾ ਲੱਕ ਟੁੱਟ ਗਿਆ ਮੇਰੇ ਨਾਲ ਹੈ ਹੀ ਕੋਈ ਨਹੀਂ ਹੁਣ ਕੌਣ ਨਾਲ ਨਾਲ ਹੈ ਮੇਰੇ ਤੂੰ ਨਾਲ ਹੈ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਸੁੱਖ ਮੈਂ ਆਣ ਬਹੁਤ ਮਿਲ ਬੈਠਤ ਰਤ ਚਹੁ ਦਿਸ ਘੇਰੇ ਬਿਵਤ ਪਰਿ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰੇ ਜਦੋਂ ਸੁਖ ਹੁੰਦੇ ਨੇ ਸਾਰੇ ਨੇੜੇ ਦੁੱਖ ਆ ਜਾਂਦੇ ਜ਼ਾਰੇ ਦੂਰ ਹੋ ਜਾਂਦੇ ਨੇ ਖੁਸ਼ੀ ਵਿੱਚ ਵੀ ਆਪਾਂ ਉਹਨੂੰ ਮਹਿਸੂਸ ਕਰਨਾ ਹੈ ਦੁੱਖ ਦੇ ਵਿੱਚ ਵੀ ਮਹਿਸੂਸ ਕਰਨਾ ਖੁਸ਼ੀ ਦੇ ਵਿੱਚ ਆਕਾਸ਼ਾਂ ਤੇ ਨਹੀਂ ਚੜ ਜਾਣਾ ਤੇ ਦੁੱਖ ਦੇ ਵਿੱਚ ਪਤਾਲ ਚ ਨਹੀਂ ਵੜ ਜਾਣਾ ਮਰਨਾ ਨਹੀਂ ਸੋ ਨੂੰ ਯਾਦ ਰੱਖਣਾ ਲੇਕਿਨ ਇਹ ਵੀ ਯਾਦ ਰੱਖਣਾ ਵਾਹਿਗੁਰੂ ਸਬਣਾ ਵਿੱਚ ਮੌਜੂਦ ਹੈ ਕਬਹੂ ਬੇਤਾ ਬ੍ਰਹਮ ਵਿਚਾਰ ਜਿਹੜੇ ਵਾਹਿਗੁਰੂ ਦੀ ਵਿਚਾਰ ਕਰਨ ਵਾਲੇ ਆ ਰੱਬੀ ਮਹਿਰਮ ਹੈ ਰੱਬ ਨੂੰ ਜਾਨਣ ਵਾਲੇ ਰੱਬ ਨੂੰ ਪਾਉਣ ਵਾਲੇ ਆ ਉਹਨਾਂ ਵਿੱਚ ਵੀ ਹੈ ਭਾਵ ਕਿ ਕਦੇ ਉਹ ਨਿੰਦਿਆ ਕਰਨ ਵਾਲਿਆਂ ਦੇ ਰੂਪ ਵਿੱਚ ਹੈ ਪਾਪ ਕਰਨ ਵਾਲਿਆਂ ਦੇ ਰੂਪ ਦੇ ਵਿੱਚ ਹੈ ਸੇਵਾ ਕਰਨ ਵਾਲਿਆਂ ਦੇ ਰੂਪ ਵਿੱਚ ਹੈ ਚੋਰੀ ਕਰਨ ਵਾਲਿਆਂ ਦੇ ਰੂਪ ਦੇ ਵਿੱਚ ਹੈ ਕਦੇ ਉਹ ਆਪਣੇ ਆਪ ਨੂੰ ਉਹਨਾਂ ਵਿੱਚ ਢਾ ਲੈਂਦਾ ਹੈ ਜਿਹੜੇ ਰਾਤ ਦਿਨ ਉਹਦੀ ਬੰਦਗੀ ਕਰਦੇ ਰਹਿੰਦੇ ਨੇ ਉਹਨਾਂ ਵਿੱਚ ਵੀ ਮੌਜੂਦ ਹੁੰਦਾ ਹੈ ਸਤਗੁਰੂ ਨੇ ਇਸ ਲਈ ਸਾਨੂੰ ਇਹ ਗੱਲ ਕਹੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਨਨ ਸਭ ਮੈਂ ਚਨਨ ਹੋਏ ਹੈ ਤਾਂ ਸਭਣਾ ਵਿੱਚ ਹੈ ਜੋਤ ਤਾਂ ਉਹਦੀ ਹੈ ਪਰ ਡਿਪੈਂਡ ਕਰਦਾ ਹੈ ਉਹਦਾ ਚਾਨਨ ਕੌਣ ਕੌਣ ਲੈ ਰਿਹਾ ਹੈ ਸਤਗੁਰੂ ਅੱਗੇ ਕਹਿੰਦੇ ਨੇ ਕਬ ਹੁ ਨਿਰਤ ਕਰੈ ਬਹੁ ਭਾਂਤ ਹੁਣ ਜਿਹੜੀ ਕਮਾਲ ਦੀ ਗੱਲ ਸਤਗੁਰੂ ਨੇ ਅੱਗੇ ਕਹੀ ਅਖੀਰ ਦੇ ਵਿੱਚ ਉਹ ਵਿਚਾਰ ਨਹੀਂ ਬੜੀ ਕਮਾਲ ਦੀ ਅਖੀਰ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਨਾਨਕ ਆਪ ਮਲਾਮਨ ਹਾਰ ਹੇ ਨਾਨਕ ਜੀਵਾਂ ਨੂੰ ਸਾਰਿਆਂ ਜੀਵਾਂ ਨੂੰ ਆਪਣੇ ਆਪ ਦੇ ਵਿੱਚ ਮਿਲਣ ਵਾਲਾ ਵੀ ਉਹ ਆਪ ਹੀ ਨਿਰੰਕਾਰ ਹੈ ਇਹ ਪੰਜਵੀਂ ਪੌੜੀ ਹੈ ਜਿਹਦੇ ਵਿੱਚ ਸਤਿਗੁਰੂ ਨੇ ਇਹ ਕਮਾਲ ਦੀਆਂ ਗੱਲਾਂ ਕਹੀਆਂ ਵਿਛੜੀਆਂ ਨੂੰ ਵੀ ਉਹ ਆਪਣੇ ਨਾਲ ਮਿਲ ਲੈਂਦਾ ਹੈ ਵਿਛੜੀਆਂ ਮੇਲੇ ਪ੍ਰਭੂ ਜਿਹੜੇ ਵਿਛੋੜੇ ਜਿਨ੍ਹਾਂ ਦਾ ਵਿਛੋੜਾ ਪੈਂਦਾ ਹੈ ਵਿਛੋੜਾ ਪੈਂਦਾ ਕਿਉਂ ਹੈ ਮਾੜਿਆ ਕੰਮਾਂ ਦੇ ਕਰਕੇ ਤੇ ਜਦੋਂ ਉਹ ਮਾਰੇ ਕੰਮਾਂ ਦੀ ਸਾਨੂੰ ਪਹਿਚਾਣ ਹੋ ਜਾਂਦੀ ਪੀ ਇਹਨਾਂ ਮਾੜਿਆਂ ਕੰਮਾਂ ਨਾਲ ਖੂ ਖਾਤੇ ਚ ਜਾ ਕੇ ਡਿੱਗਣਾ ਫਿਰ ਇਨਸਾਨ ਮਾੜੇ ਕੰਮ ਛੱਡ ਕੇ ਚੰਗੇ ਕੰਮ ਕਰਨੇ ਸ਼ੁਰੂ ਕਰ ਦਿੰਦਾ ਪਹਿਚਾਣ ਹੋ ਜਾਂਦੀ ਹੈ ਤੇ ਫਿਰ ਨਾਨਕ ਆਮਲਾਵਨ ਹਾਰ ਫਿਰ ਇਨਸਾਨ ਜਿਹੜੇ ਨੇ ਉਹ ਪਰਮਾਤਮਾ ਦੇ ਵਿੱਚ ਮਿਲ ਜਾਂਦੇ ਨੇ ਇੱਕ ਰੂਪ ਇੱਕ ਜੋਤ ਹੋ ਜਾਂਦੇ ਨੇ ਸੋ ਪਿਆਰਿਓ ਆਓ ਇਹਨਾਂ ਬਚਨਾਂ ਨੂੰ ਪੱਲੇ ਬੰਨਈਏ ਗੁਰੂ ਦੀਆਂ ਬਾਤਾਂ ਦੇ ਮੁਤਾਬਕ ਆਪਣਾ ਜੀਵਨ ਢਾਲੀਏ ਜੋ ਸਤਗੁਰੂ ਨੇ ਕਿਹਾ ਉਹਨੂੰ ਆਪਣੇ ਜੀਵਨ ਵਿੱਚ ਢਾਲ ਕੇ ਤੇ ਆਪਣਾ ਜੀਵਨ ਸੱਚਮੁੱਚ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਰਗਾ ਬਣਾਈਏ ਇਤਨੀਆਂ ਬੇਨਤੀਆਂ ਸਵਾਰ ਕਰਿਓ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ